हेलो जी, सारयां नूं जी मेरे वल्लों हत्थ जोड़ के प्यार भरी सति श्री अकाल। कौर संधू ब्लॉग ते तुहाडा बहुत बहुत स्वागत है जी। उम्मीद करदे आ तुसीं ठीक ठाक हो। चलो जी, अज सवेर सवेर दा टाइम है। सवेर दा तां कानू 10 बज गए, 9:30 10 बज गए। हर्ष दे पेपर हुंदे ने अज, उहनूं छुट्टी सीगी। असीं सवेरे उधरों साफ सफाइयां जिहियां करन लग गए हैना, ते हुण मैं रोटी बनाउणी आ। सारी तैयारी है, 9:30 ਦਾ ਟਾਈਮ ਹੋਊਗਾ ਹੁਣ ਜੀ। ਮੈਂ ਰੋਟੀ ਬਣਾਉਣੀ ਆ, ਥੋੜ੍ਹਾ ਜਿਹਾ ਛੁੱਟੀ ਤੀ ਅੱਜ ਹਰਸ ਨੂੰ। ਫਿਰ ਐਂ ਹੋ ਜਾਂਦਾ ਵੀ ਆਹ ਵੀ ਸਾਫ਼ ਸਫਾਈ ਜੀ ਕਰ ਲਈਏ, ਆਹ ਵੀ ਕਰ ਲਈਏ, ਹੈ ਨਾ। ਫਿਰ ਰੋਟੀ ਲੇਟ ਹੀ ਖਾਂਦੇ ਨੇ ਕਿਉਂਕਿ ਹਰਸ ਵੀ ਲੇਟ ਹੀ ਉੱਠਦਾ ਹੈਗਾ। ਫਿਰ ਛੁੱਟੀ ਵਾਲੇ ਦਿਨ ਉਹ ਵੀ ਲੇਟ ਹੀ ਉੱਠਿਆ ਸੀਗਾ, ਅੱਜ 8 ਵਜੇ ਉੱਠਿਆ ਹੈਗਾ। ਅਤੇ ਹੁਣ ਮੈਂ ਆਟਾ ਗੁੰਨ ਲਿਆ, ਮੈਂ ਰੋਟੀ ਲੱਗਦੀ ਹਾਂ। ਹੋਰ ਮੈਂ ਸਾਰੇ ਕੰਮ ਕਰ ਲਏ ਟੋਟਲੀ, ਹੈ ਨਾ, ਸਾਰੇ ਕੰਮ ਹੋ ਗਏ ਆਪਣੇ। ਅਤੇ ਹੁਣ ਮੈਂ ਰੋਟੀ ਲੱਗਦੀ ਹਾਂ, ਤਿਆਰੀ ਹੈ। ਮੇਰਾ ਆਟਾ ਗੁੰਨਿਆ ਪਿਆ। ਡੀਕ ਦੀਦੀ ਬਾਹਰ ਚਲੇ ਗਏ, ਕੁਲਵਿੰਦਰ ਜੀ। ਮੈਂ ਕਿਹਾ ਚੱਲ ਜਦੋਂ ਆ ਗਏ, ਹੈ ਨਾ, ਗਰਮ ਗਰਮ ਰੋਟੀ ਉਹਦੀ ਲਾਹਾਂਗੇ, ਫਿਰ ਉਹਦੀ ਲਾਉਣੇ ਹੁੰਦੇ ਆ। ਠੰਡੀਆਂ ਦਾ ਕੋਈ ਫਾਇਦਾ ਨਹੀਂ ਹੈਗਾ, ਨਾ ਖਾਂਦੇ ਨੇ ਠੰਡੀਆਂ। ਅੱਜ ਮੈਂ ਦਹੀਂ ਥੋੜ੍ਹਾ ਜਿਹਾ ਜਮਾਇਆ, ਖਾਣ ਯੋਗ ਰਹੀ। ਰਿੜਕਣ ਵਾਲਾ ਆਪਾਂ ਨੇ ਨਹੀਂ ਜਮਾਇਆ ਹੈਗਾ, ਕਿਉਂਕਿ ਦੁੱਧ ਆਪਣੇ ਇੱਕੋ ਹੀ ਮੱਝ ਹੈਗੀ, ਦੁੱਧ ਦਿੰਦੀ ਹੈ, ਹੈ ਨਾ। ਅਤੇ ਜਦੋਂ ਅਸੀਂ ਇਕੱਲੇ ਹੁੰਦੇ ਹਾਂ ਫਿਰ ਤਾਂ ਚਲੋ ਵਧੀਆ ਬਚ ਜਾਂਦਾ ਹੈ, ਜਮਾ ਲੈਂਦੇ ਹਾਂ। ਉਸ ਤਾਂ ਹੁਣ ਆਪਣੇ ਮਿਸਤਰੀ ਲੱਗੇ ਹੋਏ ਨੇ, ਹੈ ਨਾ, ਉਹਨਾਂ ਨੂੰ ਕਈ ਟਾਈਮ ਚਾਹ ਬਣ ਜਾਂਦੀ ਹੈ, ਚਾਰ ਪੰਜ ਵਾਰ ਚਾਹ ਬਣ ਜਾਂਦੀ ਹੈ। ਉਸ ਵਿੱਚ ਰਿਸ਼ਤੇਦਾਰ ਆ ਗਏ ਕੱਲ੍ਹ, ਹੈ ਨਾ, ਦੁੱਧ ਬਿਲਕੁਲ ਹੀ ਨਹੀਂ ਸੀ ਬੱਚਿਆ, ਥੋੜ੍ਹਾ ਜਿਹਾ ਬੱਚਿਆ ਸੀ। ਉਹ ਵੀ ਆਪਾਂ ਨੇ ਵਿੱਚ ਹੋਰ ਪਾ ਕੇ ਦਹੀਂ ਜਮਾ ਲਈ ਸੀਗੀ। ਕੱਲ੍ਹ ਬਿਲਕੁਲ ਦੁੱਧ ਨਹੀਂ ਬਚਿਆ ਹੈਗਾ ਆਪਣੇ, ਅਤੇ ਕਿਉਂਕਿ 7-8 ਵਾਰੀ ਚਾਹ ਹੀ ਹੋ ਗਈ ਇਕੱਲੀ, ਅਤੇ ਉਹਦੇ ਕਰਕੇ ਫਿਰ ਮੈਂ ਰਿੜਕਣ ਵਾਲਾ ਜਮਾਇਆ ਨਹੀਂ ਹੈਗਾ, ਦੁੱਧ ਹੈ ਹੀ ਨਹੀਂ ਸੀਗਾ। ਅਤੇ ਹੁਣ ਆਪਣਾ ਕੱਲ੍ਹ ਚਲੋ ਮਿਸਤਰੀਆਂ ਦਾ ਵੀ ਨਿਬੜ ਗਿਆ, ਹੈ ਨਾ। ਫਿਰ ਤਾਂ ਆਪਾਂ ਰੋਜ਼ ਦੀ ਰੋਜ਼ ਥੋੜ੍ਹਾ ਜਿਹਾ ਆਪਣੇ ਯੋਗਰਾ ਜਮਾ ਕੇ ਰਿੜਕ ਲੈਂਦੇ ਹੁੰਦੇ ਹਾਂ। ਅੱਜ ਫਿਰ ਮੈਂ ਥੋੜ੍ਹਾ ਜਿਹਾ ਦਹੀਂ ਜ਼ਰੂਰ ਜਮਾ ਲਿਆ ਸੀ, ਕਿਉਂਕਿ ਸਵੇਰੇ ਨਾਸ਼ਤੇ 'ਚ ਆਪਾਂ ਦਹੀਂ ਮੱਖਣ ਨਾਲ ਹੀ, ਹੈ ਨਾ, ਖਾਂਦੇ ਹਾਂ ਰੋਟੀ। ਹੁਣ ਕਹਿ ਦਿੰਦੇ ਨੇ ਸਬਜ਼ੀ ਦਾਲ ਸਬਜ਼ੀ ਕੁਛ ਵੀ ਵਧੀਆ ਨਹੀਂ ਲੱਗਦਾ ਹੈਗਾ, ਸ਼ਾਮ ਨੂੰ ਇਹ ਖਾਈਦੀ ਹੈ। ਅਤੇ ਹੁਣ ਥੋੜ੍ਹਾ ਜਿਹਾ ਚਿਰ ਹੀ, ਮਹੀਨਾ ਕੁ 15 ਕੁ ਦਿਨ ਮਸਾਂ ਹੀ ਨਿਕਲਣਗੇ ਜੀ, ਫਿਰ ਇਹਨੇ ਦੁਪਹਿਰ ਦੀ ਰੋਟੀ ਬਣਨੀ ਸਟਾਰਟ ਹੋ ਜੂਗੀ, ਦੁਪਹਿਰ ਬਣਨਾ ਹੋ ਜੂਗਾ ਸਟਾਰਟ। ਫਿਰ ਤਾਂ ਸਵੇਰੇ ਪਾਣੀ ਹੱਥੀਆਂ ਰੋਟੀਆਂ ਹੀ ਚੱਲਦੀਆਂ ਨੇ, ਅਤੇ ਪਾਣੀ ਹੱਥੀਆਂ ਜਾਂ ਪਰੌਂਠੇ ਵਗੈਰਾ। ਫਿਰ ਦੁਪਹਿਰ ਨੂੰ ਲੰਚ 'ਚ ਹੀ ਆਪਾਂ ਦਾਲ ਸਬਜ਼ੀ ਨਾਲ ਰੋਟੀ ਖਾਂਦੇ ਹਾਂ। ਸ਼ਾਮ ਨੂੰ ਵੀ ਹੁੰਦੀ ਹੈ, ਦੁਪਹਿਰ ਵਾਲੀ ਨਹੀਂ, ਉਹਦੇ ਨਾਲ ਸਰ ਜਾਂਦੇ ਨੇ। ਸ਼ਾਮ ਨੂੰ ਹੋਰ ਬਣਾ ਲਈਦੀ ਹੈ ਥੋੜ੍ਹੀ ਜਿਹੀ, ਜਾਂ ਕਦੇ ਚਟਨੀ ਵਗੈਰਾ, ਹੈ ਨਾ, ਵਧੀਆ ਲੱਗਦੀ ਹੈ। ਸ਼ਾਮ ਨੂੰ ਵੀ ਦੁੱਧ ਨਾਲ ਹੀ ਰੋਟੀ ਖਾਂਦੇ ਹੁੰਦੇ ਹਾਂ ਅਸੀਂ, ਉਹਦੇ ਨਾਲ ਵਧੀਆ ਲੱਗਦੀ ਹੈ, ਫਿਰ ਚਟਨੀ ਨਾਲ ਵੀ ਵਧੀਆ ਲੱਗਦੀ ਹੈ। ਅਤੇ ਹੁਣ ਜਦੋਂ ਗਰਮੀ ਸਟਾਰਟ ਹੋ ਜੂ, ਠੰਡਾ ਦੁੱਧ ਪੀਆ ਕਰਨਗੇ ਰੋਟੀ ਨਾਲ। ਅਤੇ ਹੁਣ ਤੱਕ ਤਾਂ ਸਰਦੀਆਂ 'ਚ ਤਾਂ ਗਰਮ ਦੁੱਧ ਪੀਂਦੇ ਹਾਂ ਰਾਤ ਨੂੰ ਰੋਟੀ ਤੋਂ ਬਾਅਦ। ਚਲੋ ਜੀ, ਹੁਣ ਮੈਂ ਰੋਟੀ ਬਣਾਉਣੀ ਆ, ਹੈ ਨਾ, ਆਪਣੀ ਬਾਕੀ ਸਾਰੀ ਤਿਆਰੀ ਹੈ, ਹੁਣ ਮੈਂ ਰੋਟੀ ਬਣਾਉਣ ਲੱਗਦੀ ਹਾਂ। ਇੱਧਰ ਮੈਂ ਆਟਾ ਗੁੰਨ ਲਿਆ ਜੀ, ਮੱਕੀ ਦਾ ਆਟਾ ਗੁੰਨਿਆ ਹੈਗਾ, ਅਤੇ ਵਿੱਚ ਕਣਕ ਦਾ ਆਟਾ ਮਿਕਸ ਕਰਿਆ ਹੋਇਆ, ਥੋੜ੍ਹਾ ਜਿਹਾ ਮੈਂ ਬੇਸਣ ਪਾ ਲਿਆ ਵਿੱਚ, ਇਹਦੇ ਵਿੱਚ ਥੋੜ੍ਹੇ ਜਿਹੇ ਮੇਥੇ ਅਤੇ ਧਨੀਆ ਪਾਇਆ, ਕਿਉਂਕਿ ਹੁਣ ਥੋੜ੍ਹਾ ਜਿਹਾ ਮੌਸਮ ਚੇਂਜ ਹੋ ਗਿਆ, ਹੈ ਨਾ, ਜ਼ਿਆਦਾ ਮੇਥੇ ਵਾਲੀ ਰੋਟੀ ਵੀ ਜ਼ਿਆਦਾ ਗਰਮ ਹੋ ਜਾਂਦੀ ਹੈ, ਫਿਰ ਹੈਵੀ ਜੀ ਹੋ ਜਾਂਦੀ ਹੈ ਥੋੜ੍ਹੀ ਜੀ। ਇੱਧਰ ਨਾਲ ਚਟਨੀ ਕੁੱਟ ਲਈ ਧਨੀਏ ਦੀ, ਪੁਦੀਨਾ ਪਾ ਕੇ, ਇਹ ਨਾਲ ਦਹੀਂ ਜਮਾ ਲਈ, ਕਿਉਂਕਿ ਜੀ ਇੱਧਰ ਘਿਓ ਮੈਂ ਜਿਹੜਾ ਹੈਗਾ ਅਤੇ ਗਰਮ ਕਰ ਲਿਆ, ਮੱਖਣ ਨਹੀਂ ਹੈਗਾ। ਲਓ ਜੀ, ਇੱਧਰ ਤਵਾ ਮੈਂ ਧਰ ਲਿਆ ਗੈਸ ਲਾ ਕੇ, ਇੱਧਰ ਆਟਾ ਮੈਂ ਗੁੰਨ ਲਿਆ ਸੀ। ਵੈਸੇ ਮੈਂ ਥੋੜ੍ਹੇ ਜਿਹੇ ਨੂੰ ਮਲ ਕੇ, ਹੈ ਨਾ, ਫਿਰ ਪਾਊਂਗੀ ਨਾਲ ਦੀ ਨਾਲ, ਥੋੜ੍ਹਾ ਜਿਹਾ ਆਟਾ ਮਲ ਲਿਆ ਕਰੂੰ, ਉਹਦੀ ਰੋਟੀ ਪਕਾ ਲਿਆ ਕਰਾਂਗੇ।
ਰਾੜ ਲਾਂਗੇ। ਅੱਜ ਆਪਾਂ ਘਿਓ ਲਾ ਕੇ ਨਹੀਂ ਬਣਾਈਆਂ ਹੈਗੀਆਂ, ਇੱਦਾਂ ਹੀ ਬਣਾਵਾਂਗੇ ਰੜ ਕੇ। ਫਿਰ ਉਹ ਤਵੇ 'ਤੇ ਘਿਓ ਲਾ ਕੇ ਵੀ ਬਣ ਜਾਂਦੀਆਂ ਨੇ, ਅਤੇ ਐਵੇਂ ਹੀ ਬਣਾਵਾਂਗੇ ਅੱਜ ਆਪਾਂ, ਬਿਨਾਂ ਘਿਓ ਤੋਂ ਬਣਾਵਾਂਗੇ। ਫਿਰ ਜ਼ਿਆਦਾ ਹੈਲਦੀ ਜਿਹਾ ਹੋ ਜਾਂਦਾ ਹੈ ਨਾ। ਜਿਹੜੇ ਗੋਬਰ ਗੈਸ 'ਤੇ ਹੈਗੀ ਜੀ ਰੋਟੀ ਪੂਰੀ ਵਧੀਆ ਰੜਦੀ ਹੈ। ਇਹਦਾ ਜਿਹੜਾ ਸੇਕ ਹੈਗਾ ਚੁੱਲ੍ਹੇ ਵਰਗਾ ਹੀ ਹੁੰਦਾ ਹੈ, ਦੇਖੋ ਚੁੱਲ੍ਹੇ ਵਰਗਾ ਹੀ ਹੁੰਦਾ ਇਹਦਾ ਸੇਕ। ਜਿਹੜਾ ਦੂਸਰਾ ਆਪਣਾ ਸਿਲੰਡਰ ਵਾਲਾ ਗੈਸ ਹੁੰਦਾ ਹੈ ਉਹਦੇ 'ਤੇ ਰੋਟੀ ਉੱਪਰੋਂ ਉੱਪਰੋਂ ਜੇ ਮੱਚ ਜਾਂਦੀ ਹੈ, ਵਿੱਚੋਂ ਕੱਚੀ ਰਹਿ ਜਾਂਦੀ ਹੈ। ਹੁਣ ਮੈਂ ਇੱਧਰ ਹੋਰ ਰੋਟੀ ਪਾਤੀ, ਨਾਲ ਦੀ ਨਾਲ ਮੈਂ ਹੋਰ ਕਿਹੜਾ ਕਰ ਲਈ ਇਹਨੂੰ ਪੂਰਾ। ਐਂ ਮੈਂ ਪਹਿਲਾਂ ਤਾਂ ਆਟਾ ਪੂਰਾ ਮਲਿਆ, ਫਿਰ ਐਂ ਪੇੜਾ ਵੀ ਪੂਰਾ ਮਲ ਕੇ ਕਰਨਾ। ਲਓ ਜੀ ਦੋ ਰੋਟੀਆਂ ਪੱਕ ਗਈਆਂ ਆਪਣੀਆਂ, ਨਾਲ ਦੀ ਨਾਲ ਆਪਾਂ ਫੜਾ ਵੀ ਦੇਵਾਂਗੇ ਖਾਣ ਵਾਸਤੇ, ਅਤੇ ਫਿਰ ਠੰਡੀ ਰੋਟੀ ਨਹੀਂ ਵਧੀਆ ਲੱਗਦੀ ਹੈਗੀ। ਉੱਧਰ ਮੇਰੀ ਰੋਟੀ ਗੈਸ 'ਤੇ ਪਾਈ ਹੋਈ ਹੈ, ਰੜੀ ਜਾਂਦੀ ਹੈ, ਨਾਲ ਨਾਲ ਮੈਂ ਪਾ ਕੇ ਫੜਾ ਦੂੰਗੀ। ਦਹੀਂ ਪਾ ਲਈ ਅਤੇ ਚਟਨੀ ਲੈ ਲਈ, ਵੈਸੇ ਇਹਦੇ ਵਿੱਚ ਵੀ ਮੇਰਾ ਹਲਕਾ ਜਿਹਾ ਨਮਕ ਤਾਂ ਪਾਇਆ ਹੋਇਆ ਆਟੇ ਦੇ ਵਿੱਚ ਵੀ। ਲਓ ਜੀ ਹੁਣ ਆਪਾਂ ਫੜਾ ਦਿੰਦੇ ਹਾਂ। ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਹੈ ਨਾ ਦੱਸਿਓ ਰੋਟੀ ਦੀ। ਮੈਂ ਇੱਧਰ ਰੋਟੀ ਵੀ ਥੱਲ ਦਿੰਦੀ ਹਾਂ।